ਤਿੰਨ ਸਾਲ ਹੋ ਗਏ, ਇੱਕ ਵੀ ਦੋਸ਼ੀ ਫੜਿਆ? ਕਿ ਕੋਈ ਅਕਾਲੀ ਵਰਕਰ ਨੂੰ ਦੋਸ਼ੀ ਬਣਾਇਆ? ਤੁਸੀਂ ਸਾਡਾ ਨਾਂ ਲੈਂਦੇ ਸੀ, ਕਹਿੰਦੇ ਸੀ ਡਰੱਗ ਮਾਫੀਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਸਭ ਤੋਂ ਵੱਧ ਡਰੱਗ, ਅੱਜ ਨਸ਼ਾ ਸਭ ਤੋਂ ਵੱਧ ਪੰਜਾਬ 'ਚ ਕਿਉਂ ਹੈ? ਕਿਉਂਕਿ ਜਿੰਨੇ ਵੀ ਗੈਂਗਸਟਰ ਹੈ ਸਾਰੇ ਇਹਨਾਂ ਦੇ MLA ਨਾਲ ਰਲ ਗਏ ਹੈ। ਇਹਨਾਂ ਦੇ ਜਿੰਨੇ MLA ਹੈ ਉਹ ਇਹਨਾਂ ਗੈਂਗਸਟਰਾਂ ਤੋਂ ਮਹੀਨਾ ਲੈਂਦੇ ਹੈ, ਡਰੱਗ ਵੇਚਣ ਵਾਲੇ ਤੋਂ ਮਹੀਨਾ ਲੈਂਦੇ ਹੈ, ਅਤੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਇਹਨਾਂ ਨੂੰ ਕਿਸੇ ਨੂੰ ਨਹੀਂ ਫੜਨਾ। ਕਈ ਇਮਾਨਦਾਰ ਪੁਲਿਸ ਅਫਸਰ ਜਿਨ੍ਹਾਂ ਨੇ ਇਹਨਾਂ ਨੂੰ ਫੜਿਆ ਉਸੇ ਸ਼ਾਮ ਨੂੰ ਉਹਨਾਂ ਨੂੰ ਬਦਲ ਦਿੱਤਾ ਹੈ। ਅੱਜ ਘਰ ਘਰ ਨਸ਼ਾ ਹੈ, ਇਹਨਾਂ ਦੀ ਕਟੂਤਾ ਕਰਕੇ, ਕੈਪਟਨ ਦੀ ਕਟੂਤਾ ਕਰਕੇ, ਇਹਨਾਂ ਦੀ MLA ਦੀ ਕਟੂਤਾ ਕਰਕੇ, ਇਹਨਾਂ ਦੀ MLA ਦੀ ਲਾਲਚ ਕਰਕੇ, ਇਹਨਾਂ ਨੂੰ ਕੋਈ ਪਰਵਾਹ ਨਹੀਂ ਆਪਣੀ ਜਵਾਨੀ ਦੀ। ਜੇ ਦਰਦ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਹੈ, ਤੁਹਾਡੀ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਹੈ। 100 ਸਾਲ ਪੁਰਾਣੀ ਜਥੇਬੰਦੀ ਹੈ, ਕੋਈ ਮਾਮੂਲੀ ਜਥੇਬੰਦੀ ਨਹੀਂ, ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਜਥੇਬੰਦੀ ਤੁਹਾਡੀ ਜਥੇਬੰਦੀ ਹੈ, ਤੁਹਾਡੇ ਪਰਿਵਾਰ ਦੀ ਜਥੇਬੰਦੀ ਹੈ। ਆਹੀ ਜਥੇਬੰਦੀ ਹੈ ਜਿਹੜਾ ਪੰਜਾਬ ਬਾਰੇ ਸੋਚਦੀ ਹੈ, ਗਰੀਬ ਬਾਰੇ ਸੋਚਦੀ ਹੈ, ਕਿਸਾਨ ਬਾਰੇ ਸੋਚਦੀ ਹੈ। ਆ ਦੁਨੀਆਂ ਦੂਜੀਆਂ ਜਿੰਨੀਆਂ ਵੀ ਪਾਰਟੀਆਂ ਆ ਜਾਣ, ਕੱਲੀਆਂ ਗੱਲਾਂ ਮਾਰ ਕੇ ਅੱਜ ਆ ਗਈਆਂ ਕੱਲ੍ਹ ਚਲੇ ਗਈਆਂ, ਇਹਨਾਂ ਨੂੰ ਕੋਈ ਫਿਕਰ ਅਤੇ ਪਰਵਾਹ ਨਹੀਂ। ਜੇ ਮਰਨਾ ਜਿਉਣਾ ਪੰਜਾਬ ਵਾਸਤੇ ਅਤੇ ਪੰਥ ਵਾਸਤੇ, ਅਤੇ ਸ਼੍ਰੋਮਣੀ ਅਕਾਲੀ ਦਲ ਨੇ ਹੈ। ਹੁਣ ਪੰਥ ਨੂੰ ਕਮਜ਼ੋਰ ਕਰਨ ਵਾਸਤੇ ਕਾਂਗਰਸ ਦੀ ਸਰਕਾਰ ਨੇ ਇੱਕ ਹੋਰ ਵਾਰ ਕਰ ਦਿੱਤਾ। ਇਹਨਾਂ ਨੇ ਸੁਪਰੀਮ ਕੋਰਟ 'ਚ ਬਿਆਨ ਦੇ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਜਾਏ, ਕਿਉਂਕਿ ਗਾਂਧੀ ਪਰਿਵਾਰ ਨੇ ਦੇਖ ਲਿਆ ਕਿ ਜੇ ਪੰਥ ਨੂੰ ਕਮਜ਼ੋਰ ਕਰਨਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਦਿੱਤਾ ਜਾਏ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਿਆਨ ਸੁਪਰੀਮ ਕੋਰਟ ਦੇ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਜਾਏ। ਮੈਂ ਕੈਪਟਨ ਸਾਹਿਬ ਨੂੰ ਦੱਸਣਾ, ਜਿੰਨਾ ਮਰਜ਼ੀ ਜ਼ੋਰ ਲਾ ਲਏ, ਜਿੰਨੀ ਮਰਜ਼ੀ ਕੁਰਬਾਨੀਆਂ ਕਰਨੀਆਂ ਪਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕੌਮ ਦੀ ਜਥੇਬੰਦੀ ਹੈ, ਕੌਮ ਦੀ ਮਿੰਨੀ ਪਾਰਲੀਮੈਂਟ ਹੈ, ਇਹਨੂੰ ਅਸੀਂ ਤੋੜ ਨਹੀਂ ਦੇਵਾਂਗੇ, ਕਿਸੇ ਹਾਲਤ 'ਚ ਕੌਮ ਨੂੰ ਤੋੜ ਨਹੀਂ ਦੇਵਾਂਗੇ। ਦੇਖੋ 2 ਸਾਲ ਰਹਿ ਗਏ, 2 ਸਾਲ ਰਹਿ ਗਏ, ਤੁਹਾਡੀ ਸਰਕਾਰ ਬਣ ਜਾਣੀ ਹੈ। ਆ ਜਿਵੇਂ ਆਪਣੀਆਂ ਰੈਲੀਆਂ ਦਾ ਦੌਰ ਸ਼ੁਰੂ ਹੋ ਗਿਆ, ਮੋਗੇ ਇਕੱਠ ਦੇਖਣ ਵਾਲਾ ਸੀ, ਸੰਗਰੂਰ ਇਕੱਠ ਦੇਖਣ ਵਾਲਾ ਸੀ, ਅੱਜ ਤੁਸੀਂ ਤਾਂ ਰਿਕਾਰਡ ਹੀ ਤੋੜ ਦਿੱਤਾ। ਮੈਂ ਤੁਹਾਨੂੰ ਇੰਨਾ ਦੱਸਦਾ, ਓਕੇ ਸੌਖੇ ਆ, 2 ਸਾਲ ਟੱਪ ਲਓ, ਬਸ 1.5 ਸਾਲ ਹੀ ਰਹੇ। ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ, ਆਪਾਂ ਸਾਰੇ ਪਿੰਡਾਂ 'ਚੋਂ ਆਏ, ਸਾਡੀ ਆਉਣ ਵਾਲੀ ਸਰਕਾਰ ਦਾ ਪਹਿਲਾ ਨਿਸ਼ਾਨਾ ਹੈ, ਅਤੇ ਮੈਂ ਤੁਹਾਨੂੰ ਵਾਅਦਾ ਕਰਕੇ ਜਾਂਦਾ, 11,000 ਪਿੰਡ ਆਪਣੇ ਪੰਜਾਬ 'ਚ, 11,000 ਅਤੇ 11,000 ਪਿੰਡਾਂ 'ਚ ਅਗਲੇ 5 ਸਾਲਾਂ ਵਿੱਚ ਸੀਵਰੇਜ ਹੋਊਗਾ, ਸੀਮੈਂਟ ਦੀਆਂ ਗਲੀਆਂ ਆਉਣਗੀਆਂ, ਲਾਈਟਾਂ ਦਾ ਪੀਣ ਵਾਲਾ ਪਾਣੀ ਹੋਊਗਾ। ਅਗਲੇ 5 ਸਾਲ ਬਾਅਦ ਤੁਸੀਂ ਆਪਣੇ ਪਿੰਡ ਪਛਾਣ ਨਹੀਂ ਸਕੋਗੇ, ਪਛਾਣ ਨਹੀਂ ਸਕੋਗੇ, ਜਿਵੇਂ ਸ਼ਹਿਰਾਂ ਵਾਂਗੂ ਹੈ ਉਵੇਂ ਪਿੰਡ ਬਣਾ ਕੇ ਦੇ ਦਿੰਦੇ ਹਾਂ। ਮੈਂ ਤੁਹਾਨੂੰ ਗਰੰਟੀ ਦੇ ਕੇ ਜਾਣਾ। ਦੂਜੀ ਗੱਲ, ਬਿਜਲੀ ਦੇ ਰੇਟ ਜਿਹੜੇ ਨੇ ਆਮ ਜਨਤਾ ਦੀ 9 ਰੁਪਏ ਪਜਾ ਤੇ, ਜਿਹੜੇ ਅਸੀਂ 5 ਰੁਪਏ ਦੇ ਰੱਖੇ ਸੀ, ਵਾਪਸ 5 ਰੁਪਏ ਤੇ ਲੈ ਕੇ ਆਵਾਂਗੇ। ਜਿਹੜੇ ਗਰੀਬਾਂ ਵਾਸਤੇ 200 ਯੂਨਿਟ ਬਿਜਲੀ ਦੇ ਮੁਫ਼ਤ ਦਿੰਦੇ ਸੀ 80 ਪਰਿਵਾਰਾਂ ਵਾਸਤੇ, ਇਹਨੂੰ ਵਧਾ ਕੇ 400 ਯੂਨਿਟ ਕੀਤੇ ਜਾਣਗੇ, ਸੋ ਗਰੀਬ ਜਨਤਾ ਨੂੰ ਕੋਈ ਤਕਲੀਫ ਨਾ ਹੋਏ।
ਐਸੀ ਸਕਾਲਰਸ਼ਿਪ, ਐਸੀ ਬੱਚਿਆਂ ਨੂੰ ਅਸੀਂ ਮੁਫ਼ਤ ਪੜ੍ਹਾਉਂਦੇ ਸੀ। ਤਕਰੀਬਨ 800-900 ਕਰੋੜ ਰੁਪਏ ਸਕਾਲਰਸ਼ਿਪ ਦਿੰਦੇ ਹੁੰਦੇ ਸੀ, ਜਿਹੜੇ ਕਾਂਗਰਸ ਦੇ ਹੰਕਾਰੀ ਰਾਜ ਨੇ ਬੰਦ ਕਰ ਦਿੱਤੀ ਹੈ। ਉਹ ਐਸੀ ਸਕਾਲਰਸ਼ਿਪ ਫਿਰ ਤੋਂ ਲਾਗੂ ਕੀਤੀ ਜਾਊਗੀ। ਆ ਜਿਹੜੀਆਂ ਸਰਕਾਰੀ ਨੌਕਰੀਆਂ ਬੰਦ ਕੀਤੀਆਂ ਪਿਛਲੇ 2-3 ਸਾਲ ਹੋ ਗਏ, ਸਰਕਾਰੀ ਇੱਕ ਨੌਕਰੀ ਨਹੀਂ। ਬਾਦਲ ਸਾਹਿਬ ਨੇ 2.5-3 ਲੱਖ ਨੌਕਰੀਆਂ ਸਰਕਾਰੀ ਦਿੱਤੀਆਂ ਸੀ। ਆ ਜਿੰਨੇ ਪੁਲਿਸ ਵਾਲੇ ਮੇਰੇ ਵੀਰ ਖੜੇ ਹੈ, ਆ ਜਿੰਨੇ ਵੀ ਨੌਜਵਾਨ ਪੁਲਿਸ ਵਾਲੇ ਖੜੇ ਆ, ਸਾਰਿਆਂ ਨੇ, ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਕੀਤਾ, ਇੱਕ ਵੀ ਕਾਂਗਰਸ ਦੀ ਨਿਸ਼ਾਨੀ ਨਹੀਂ। ਪਰ ਇੱਕ ਗੱਲ ਮੈਂ ਦੱਸਣਾ ਚਾਹੁੰਦਾ, ਕਈ ਇੱਥੇ DSP ਹੈਗੇ, ਕਈ SDM ਹੈਗੇ, ਕਈ SP ਹੈ ਜਿਨ੍ਹਾਂ ਨੇ ਬਹੁਤ ਗੰਦ ਪਾਇਆ। ਉਹ ਸੋਚਦੇ ਆ ਕਿ ਕਾਂਗਰਸ ਦੀ ਸਾਡੇ ਵਾਸਤੇ ਮਾਂ ਬਾਪ ਹੈ। ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ, ਆ 1.5 ਸਾਲ ਰਹਿ ਗਏ, ਜਿਹੜੇ ਝੂਠੇ ਕੇਸ ਸਾਡੇ ਵਰਕਰਾਂ ਦੇ ਕੀਤੇ ਹੈ, 1 ਮਹੀਨਾ ਮੈਨੂੰ ਦੇ ਦਿਓ, ਮੈਨੂੰ 2 ਹੱਥ ਉਹਨਾਂ ਨਾਲ ਕਰ ਲੈਂਦੇ ਹੋ। ਖਾਸ ਕਰਕੇ ਮਾਝੇ ਵਿੱਚ ਮੈਂ ਦੇਖਿਆ, ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ ਵਿੱਚ ਬਜ਼ੁਰਗ ਮਾਈਆਂ ਅਤੇ ਅਕਾਲੀ ਮਾਈਆਂ ਦੇ ਪਰਚੇ, ਬਜ਼ੁਰਗਾਂ ਦੇ ਪਰਚੇ ਪਰਿਵਾਰਾਂ ਨੂੰ ਘਰੋਂ ਕੱਢ ਛੱਡਿਆ। ਆਹ ਸੋਚਦੇ ਆ ਕਿ ਕਾਂਗਰਸ ਦਾ ਰਾਜ ਪੂਰੀ ਜ਼ਿੰਦਗੀ ਰਹਿਣਾ, ਜ਼ਿੰਦਗੀ ਨਹੀਂ, ਇਕੱਲਾ ਹੁਣ ਸਾਲ ਰਹਿ ਗਿਆ। ਝੂਠੇ ਕੇਸ ਕਰਨੇ ਗੁਨਾਹ ਹੈ। ਐਕਟੀ ਕੋਈ ਝੂਠੇ ਕੇਸ ਦੀ ਸਜ਼ਾ, ਕੋਈ ਸਸਪੈਂਸ਼ਨ ਨਹੀਂ। ਜਿਹੜੇ ਅਫਸਰ ਨੇ ਝੂਠੇ ਕੇਸ ਕੀਤੇ ਹੈ, ਉਹ ਨੌਕਰੀ 'ਚ ਵਜਾਊਗਾ ਅਤੇ ਉਸੇ ਥਾਣੇ 'ਚ ਪਰਚਾ ਦੇ ਕੇ ਅੰਦਰ ਕੀਤਾ ਜਾਊਗਾ। ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜ਼ਿਲ੍ਹੇ ਜਥੇਬੰਦੀ ਨੂੰ, ਸਮੁੱਚੀ ਲੀਡਰਸ਼ਿਪ ਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਸਾਰਿਆਂ ਨੇ ਬੜੀ ਮਿਹਨਤ ਕੀਤੀ ਇਕੱਠ ਕਰਨ 'ਤੇ। ਮੈਂ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਡਾਕਟਰ ਰਤਨ ਸਿੰਘ ਜੀ ਅਜਨਾਲਾ ਸਾਹਿਬ, ਮੇਰੇ ਬਜ਼ੁਰਗ, ਉਹਨਾਂ ਦੇ ਬੇਟੇ ਬੋਣੀ ਅਜਨਾਲਾ ਦੇ ਸਮੁੱਚਾ ਪਰਿਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਇਆ। ਮੈਂ ਉਹਨੂੰ ਜੀ ਐਵੇਂ ਕਹਿੰਦਾ, ਜਿਹੜੀ ਤੂਫਾਨ ਨਾਲ ਅੱਜ ਸ਼ੁਰੂਆਤ ਹੋ ਗਈ ਹੈ, ਅਗਲੇ ਮਹੀਨੇ ਦੇ ਅੰਦਰ ਮੈਂ 16 ਜ਼ਿਲ੍ਹਿਆਂ ਜਾਣਾ। ਮੈਂ ਤੈਨੂੰ ਅਗਲੇ ਮਹੀਨੇ ਦੇ ਬਾਅਦ ਮੈਨੂੰ ਲੱਗਦਾ ਕਿ ਕਾਂਗਰਸ ਦਾ ਝੰਡਾ ਪੰਜਾਬ ਨੂੰ ਦੇਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। इस चैनल पर चल रहे मुद्दों पर अपने विचार देने के लिए कमेंट करें, और अपडेट रहने के लिए चैनल को लाइक एंड सब्सक्राइब करें, और हाँ, बेल आइकन दबाना ना भूलें।